ਤੁਸੀਂ ਦੇਖ ਰਹੇ ਹੋ ਦਾ ਟੀਵੀ NRI ਤੇ ਮੈਂ ਹਾਂ ਇੰਦਰਜੀਤ ਸਿੰਘ ਚਾਹਲ। ਅੱਜ ਦੇਸ਼ 74ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ, ਜਿੱਥੇ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਰੰਗਾ ਝੰਡਾ ਲਹਿਰਾਇਆ, ਉੱਥੇ ਪੰਜਾਬ ਤੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਵਿੱਚ ਵੀ ਵੱਖ-ਵੱਖ ਥਾਵਾਂ ਦੇ ਉੱਪਰ ਤਿਰੰਗਾ ਝੰਡਾ ਲਹਿਰਾਇਆ ਗਿਆ। ਪਰ ਪੰਜਾਬ ਦੇ ਵਿੱਚ ਕੁਝ ਸਥਿਤੀ ਬਦਲੀ ਹੋਈ ਨਜ਼ਰ ਆਈ ਹੈ। ਅੱਜ ਇੱਥੇ ਪੰਜਾਬ ਦੇ ਇੱਕ ਵੱਡੇ ਸ਼ਹਿਰ, ਪੰਜਾਬ ਦਾ ਦਿਲ ਕਿਹਾ ਜਾਂਦਾ ਹੈ ਜਿਸ ਨੂੰ ਜਲੰਧਰ, ਅੱਜ ਜਲੰਧਰ ਦੇ ਵਿੱਚ ਚਾਹੇ ਆਜ਼ਾਦੀ ਦਿਹਾੜੇ ਮੌਕੇ ਤਿਰੰਗਾ ਝੰਡਾ ਲਹਿਰਾਇਆ ਗਿਆ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ। ਪਰ ਦੂਜੇ ਪਾਸੇ ਇੱਥੋਂ ਦੇ ਨਕੋਦਰ ਚੌਂਕ ਦੇ ਵਿੱਚ ਕੁਝ ਹੋਰ ਦੇਖਣ ਨੂੰ ਮਿਲਿਆ। ਕੀ ਦੇਖਣ ਨੂੰ ਮਿਲਿਆ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਅੱਜ ਨਕੋਦਰ ਚੌਂਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਅਤੇ ਬਹੁਜਨ ਕ੍ਰਾਂਤੀ ਮੋਰਚਾ ਦੇ ਆਗੂਆਂ ਵੱਲੋਂ ਇੱਥੇ ਖਾਲੀ ਸਥਾਨ ਦੀ ਇੱਕ ਵਾਰ ਫਿਰ ਮੰਗ ਕੀਤੀ ਗਈ ਹੈ, ਜਿੱਥੇ ਇੱਕ ਪਾਸੇ ਪੂਰੇ ਦੇਸ਼ ਦੇ ਵਿੱਚ ਤਿਰੰਗਾ ਝੰਡਾ ਲਹਿਰਾਇਆ ਗਿਆ ਸੀ, ਉੱਥੇ ਜਲੰਧਰ ਦੇ ਵਿੱਚ ਕਾਲੇ ਝੰਡੇ ਲਹਿਰਾਏ ਗਏ। ਦੇਸ਼ ਵਿੱਚ ਜਿੱਥੇ ਆਜ਼ਾਦੀ ਦੇ ਜਸ਼ਨ ਦਾ ਮਾਹੌਲ ਸੀ, ਉੱਥੇ ਜਲੰਧਰ ਦੇ ਵਿੱਚ ਅੱਜ ਇੱਕ ਵਾਰ ਫਿਰ ਖਾਲਿਸਤਾਨ ਦੇ ਨਾਅਰੇ ਲੱਗੇ ਨੇ। ਇਸੇ ਤਰ੍ਹਾਂ ਦੀ ਸਥਿਤੀ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਵੀ ਦੇਖਣ ਨੂੰ ਮਿਲੀ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਕਾਲੇ ਝੰਡੇ ਲਹਿਰਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾਉਣ ਦੀ ਗੱਲ ਕੀਤੀ ਗਈ ਹੈ। ਜਲੰਧਰ ਦੇ ਵਿੱਚ ਹਰ ਸਾਲ ਇਸ ਤਰ੍ਹਾਂ ਦੀ ਸਥਿਤੀ ਦੇਖਣ ਨੂੰ ਮਿਲਦੀ ਹੈ। ਜਦੋਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੁੰਦਾ ਦੇਸ਼, ਤਾਂ ਜਲੰਧਰ ਦੇ ਵਿੱਚ ਹਰ ਸਾਲ 15 ਅਗਸਤ ਦੇ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਯੂਨਾਈਟਿਡ ਅਕਾਲੀ ਦਲ ਅਤੇ ਬਹੁਜਨ ਕ੍ਰਾਂਤੀ ਮੋਰਚਾ ਦੇ ਆਗੂਆਂ ਵੱਲੋਂ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਅਤੇ ਕਾਲੇ ਝੰਡੇ ਲਹਿਰਾਏ ਜਾਂਦੇ ਨੇ। ਅੱਜ ਵੀ ਜਲੰਧਰ ਦੇ ਵਿੱਚ ਇਸੇ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲੇ, ਇਸੇ ਤਰ੍ਹਾਂ ਦੀ ਸਥਿਤੀ ਦੇਖਣ ਨੂੰ ਮਿਲੀ। ਜਲੰਧਰ ਦਾ ਨਕੋਦਰ ਚੌਂਕ, ਜਿੱਥੇ ਖਾਲਿਸਤਾਨ ਪੱਖੀ ਲੋਕ ਅੱਜ ਤਿਰੰਗਾ ਝੰਡੇ ਦੀ ਜਗ੍ਹਾ ਕਾਲੇ ਝੰਡੇ ਲਹਿਰਾ ਰਹੇ ਸੀ, ਉੱਥੇ ਭਾਰੀ ਗਿਣਤੀ ਵਿੱਚ ਜਿਹੜੇ ਪੁਲਿਸ ਬਲ ਸੀ ਉਹ ਵੀ ਉੱਥੇ ਮੌਜੂਦ ਸੀ। ਬਾਅਦ ਵਿੱਚ ਇਹਨਾਂ ਸਾਰੇ ਆਗੂਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਹੁਣ ਦੱਸਣਾ ਚਾਹੁੰਦੇ ਹਾਂ ਕਿ ਆਖਰ ਪੰਜਾਬ ਦੇ ਵਿੱਚ ਵਾਰ ਵਾਰ ਖਾਲਿਸਤਾਨ ਦੀ ਮੰਗ ਕਿਉਂ ਉੱਠ ਰਹੀ ਹੈ। ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਕੁਝ ਸਿੱਖ ਜਥੇਬੰਦੀਆਂ ਵੱਲੋਂ ਜਿੱਥੇ ਦੇਸ਼ ਦੇ ਅੰਦਰ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਵਿਦੇਸ਼ ਤੋਂ ਵੀ ਖਾਲਿਸਤਾਨ ਬਣਾਉਣ ਦੀਆਂ ਸਮੇਂ ਸਮੇਂ 'ਤੇ ਗੱਲਾਂ ਹੁੰਦੀਆਂ ਨੇ। ਪਿਛਲੇ ਮਹੀਨੇ ਹੀ ਇਸ ਤਰ੍ਹਾਂ ਦੀ ਮੁਹਿੰਮ ਛੇੜਨ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਸੀ, ਵਿਦੇਸ਼ ਦੇ ਵਿੱਚ ਜਿਹੜੀ ਬੈਠੀ ਹੈ ਸੰਸਥਾ ਸਿੱਖ ਫੌਜ ਜਸਟਿਸ ਵੱਲੋਂ, ਜਿਸ ਨੂੰ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਅਤੇ ਦੇਸ਼ ਦੇ ਲੋਕਾਂ ਵੱਲੋਂ ਨਕਾਰ ਦਿੱਤਾ ਗਿਆ ਸੀ। ਭਾਰਤ ਸਰਕਾਰ ਵੱਲੋਂ ਉਸ ਸੰਗਠਨ ਦੇ ਉੱਪਰ ਪਾਬੰਦੀ ਲਾ ਦਿੱਤੀ ਗਈ ਹੋਈ ਹੈ। ਹੁਣ ਆਖਰ ਜਿਹੜੀ ਖਾਲਿਸਤਾਨ ਦੀ ਮੰਗ ਉਹ ਕਿਉਂ ਉੱਠਦੀ ਹੈ, ਇਸ ਬਾਬਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਦਾ ਕਹਿਣਾ ਹੈ ਕਿ ਜੇ ਹਿੰਦੂ ਹਿੰਦੁਸਤਾਨ ਮੰਗ ਸਕਦੇ ਨੇ ਤਾਂ ਫਿਰ ਸਿੱਖਾਂ ਨੂੰ ਖਾਲਿਸਤਾਨ ਮੰਗਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ, ਕਿਉਂਕਿ 47 ਦੇ ਵਿੱਚ ਵੀ ਉਹਨਾਂ ਦੇ ਕਹਿਣ ਮੁਤਾਬਕ ਪੰਜਾਬ ਨੂੰ ਵੰਡ ਦਿੱਤਾ ਗਿਆ ਸੀ, ਪੰਜਾਬੀਆਂ ਦੇ ਨਾਲ ਧੱਕਾ ਹੋਇਆ ਸੀ, ਸਿੱਖਾਂ ਦੇ ਨਾਲ ਧੱਕਾ ਹੋਇਆ ਸੀ। ਇਸ ਤੋਂ ਬਾਅਦ 84 ਦੇ ਵਿੱਚ ਵੀ ਸਿੱਖਾਂ ਦੇ ਨਾਲ ਧੱਕਾ ਹੋਇਆ, ਸਿੱਖਾਂ ਦਾ ਕਤਲਾਮ ਕੀਤਾ ਗਿਆ। ਅੱਜ ਵੀ ਜੇਲ੍ਹਾਂ ਦੇ ਵਿੱਚ ਜਿਹੜੇ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਆ ਉਹ ਕੈਦ ਭੁਗਤ ਲਏ ਨੇ। ਇਸ ਤਰ੍ਹਾਂ ਦੀਆਂ ਸਥਿਤੀਆਂ ਦੇ ਵਿੱਚ ਸਾਨੂੰ ਖਾਲਿਸਤਾਨ ਮੰਗਣ ਦੀ ਲੋੜ ਪੈ ਰਹੀ ਹੈ। ਖਾਲਿਸਤਾਨ ਉਹਨਾਂ ਦਾ ਕਹਿਣਾ ਹੈ ਕਿ ਖਾਲਿਸਤਾਨ ਅਸੀਂ ਲੈ ਕੇ ਰਵਾਂਗੇ, ਸਾਡਾ ਸੰਘਰਸ਼ ਚੱਲਦਾ ਰਹੇਗਾ ਅਤੇ ਸਾਡਾ ਜਿਹੜਾ ਸੰਘਰਸ਼ ਹੈ ਉਹ ਸ਼ਾਂਤਮਈ ਹੈ। ਅੱਜ ਜਲੰਧਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ ਨੇ। ਪਹਿਲਾਂ ਤੁਹਾਨੂੰ ਨਾਅਰੇ ਸੁਣਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਇੱਥੇ ਨਾਅਰੇ ਲਗਾਏ ਗਏ ਔਰ ਕਿਉਂ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਦਾ ਕੀ ਕਹਿਣਾ ਹੈ, NRI ਮੀਡੀਆ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਅਤੇ ਉਹਨਾਂ ਦੀ ਕੀ ਮੰਗ ਹੈ, ਹੋਰ ਉਹਨਾਂ ਦੀਆਂ ਕੀ ਮੰਗਾਂ ਨੇ, ਇਹ ਸਾਰੀਆਂ ਮੰਗਾਂ ਅੱਜ ਮੀਡੀਆ ਦੇ ਅੱਗੇ ਉਹਨਾਂ ਨੇ ਰੱਖੀਆਂ ਹੈ। ਆਓ ਤੁਹਾਨੂੰ ਪੂਰੀ ਰਿਪੋਰਟ ਦਿਖਾਉਂਦੇ ਹਾਂ। ਖਾਲਿਸਤਾਨ ਜ਼ਿੰਦਾਬਾਦ।
ਅੱਜ ਸਿੱਖਾਂ ਲਈ ਈਸਾਈਆਂ ਲਈ ਮੁਸਲਮਾਨਾਂ ਲਈ ਸਾਰੀਆਂ ਘੱਟ ਗਿਣਤੀਆਂ ਦੇ ਲਈ ਜੋ 15 ਅਗਸਤ ਦਾ ਦਿਨ ਆ ਇਹ ਕਾਲੇ ਦਿਵਸ ਵੱਲੋਂ ਮਨਾਇਆ ਜਾ ਰਿਹਾ ਕਿਉਂਕਿ 47 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਔਰ ਜਿੰਨੇ ਕਾਲੇ ਪਾਣੀ ਦੀਆਂ ਸਜ਼ਾਵਾਂ ਇਹਨਾਂ ਝੱਲੀਆਂ ਪਰ ਇੱਥੇ ਦੀ ਹਿੰਦੂਤਵ ਸਰਕਾਰ ਜੋ ਹਮੇਸ਼ਾ ਹੀ ਸਿੱਖਾਂ ਦੇ ਨਾਲ ਧੱਕਾ ਕਦੀ ਗੁਜਰਾਤ 'ਚ ਸਿੱਖਾਂ ਦਾ ਉਜਾੜਾ ਕਦੀ 84 ਦਾ ਅਟੈਕ ਕਦੀ ਸਿੱਖਾਂ ਦੇ ਨੌਜਵਾਨਾਂ ਦੀ ਨਸਲਕੁਸ਼ੀ ਅਤੇ ਅੱਜ UAP ਦਾ ਕਾਨੂੰਨ ਲਾਗੂ ਕਰਕੇ ਸਾਰੇ ਹੀ ਘੱਟ ਗਿਣਤੀਆਂ ਦੇ ਵਿੱਚ ਦਹਿਸ਼ਤ ਪਾਈ ਜਾ ਰਹੀ ਆ ਔਰ ਕਿਸੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਜਾਂ ਕੋਈ ਮੁੱਖ ਮੰਤਰੀ ਹੋਵੇ ਉਹ ਕਿਸੇ ਵੀ ਧਾਰਮਿਕ ਸਥਾਨ ਦਾ ਨੀਂਹ ਪੱਥਰ ਨਹੀਂ ਰੱਖ ਸਕਦਾ ਕਾਨੂੰਨ ਦੇ ਅਨੁਸਾਰ ਪਰ ਮੋਦੀ ਨੇ ਚੜਾਉਣ ਦੀ ਖਾਤਰ ਮੁਸਲਿਮ ਭਾਈਚਾਰੇ ਨੂੰ ਘੱਟ ਗਿਣਤੀ ਨੂੰ ਚੜਾਉਣ ਦੀ ਖਾਤਰ ਜਾ ਕੇ ਜੋ ਰਾਮ ਮੰਦਿਰ ਅਯੁੱਧਿਆ ਵਿੱਚ ਜਾ ਕੇ ਨੀਂਹ ਰੱਖੀ ਆ ਇਹ ਵੀ ਹਿਰਦੇ ਬਲੂਲਣ ਵਾਲੀ ਆ ਇਸ ਕਰਕੇ ਸਿੱਖ ਨੌਜਵਾਨਾਂ 'ਤੇ UAP ਲਾ ਕੇ ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ ਖਾਲਿਸਤਾਨ ਦਾ ਨਾਂ ਦੇ ਕੇ ਖਾਲਿਸਤਾਨ ਆਜ਼ਾਦੀ ਮੰਗਣੀ ਇਹ ਸਾਡਾ ਮੌਲਿਕ ਅਧਿਕਾਰ ਆ ਇਹਨੂੰ ਕੋਈ ਰੋਕ ਨਹੀਂ ਸਕਦਾ UAP ਦਾ ਜੋ ਆ ਨਜਾਇਜ਼ ਵਰਤੋਂ ਕਰਕੇ ਜਿਹੜੇ ਸਿੱਖ ਜੇਲ੍ਹਾਂ ਦੇ ਵਿੱਚ ਸਿਆਸੀ ਕੈਦੀ ਆ ਜਿਹੜੇ ਰੁਲ ਰਹੇ ਆ ਜਿਹੜੇ ਸਜ਼ਾ ਵੀ ਪੂਰੀ ਕਰ ਚੁੱਕੇ ਆ ਉਹਨਾਂ ਨੂੰ ਹਜੇ ਤੱਕ ਰਿਹਾਅ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਭਾਰਤ ਨੂੰ ਹਿੰਦੂਤਵ ਏਜੰਡਾ ਲੈ ਕੇ ਤੁਰੇ ਆ ਇਹ ਉਹਨੂੰ ਬਣਾਉਣ ਦੀ ਤਾਕ ਵਿੱਚ ਆ ਜਿਹੜਾ ਕਿ ਕਦੀ ਵੀ ਸਿੱਖ ਬਰਦਾਸ਼ਤ ਨਹੀਂ ਕਰਨਗੇ ਆਮ ਪਾਰਟੀ ਵੀ ਇਹਨਾਂ ਦੀ B ਟੀਮ ਸੀ ਅਸੀਂ ਤਾਂ ਉਦੋਂ ਤੋਂ ਰੌਲਾ ਪਾਉਂਦੇ ਸੀ ਪਰ ਹੁਣ ਸਾਰੇ ਬਿਆਨ ਦੇਣ ਲੱਗ ਪਿਆ ਜਰਨੈਲ ਸਿੰਘ ਨੂੰ ਜਦੋਂ ਉਹਨਾਂ ਪਾਸੇ ਕੀਤਾ ਅਸੀਂ ਤਾਂ ਸ਼ੁਰੂ ਤੋਂ ਕਿਹਾ ਸੀਗਾ ਕਿ ਸਿੱਖੋ ਲੁੱਟ ਨਾ ਹੋ ਸਾਡੇ ਸਿੱਖ ਸਿਰਾਂ 'ਤੇ ਪੱਟੀਆਂ ਬੰਨ੍ਹ ਕੇ ਆਪ ਦੀਆਂ ਟੋਪੀਆਂ ਪਾ ਕੇ ਇਲੈਕਸ਼ਨਾਂ 'ਚ ਆ ਗਏ ਕਰੋੜਾਂ ਰੁਪਈਆ ਇਹਨੂੰ ਕੇਜਰੀਵਾਲ ਨੂੰ ਦੇ ਦਿੱਤਾ ਅਤੇ ਅੱਜ ਉਹਨੇ ਨਾ ਤਾਂ ਕੋਈ ਉੱਥੇ MLA ਨੂੰ ਕਿਸੇ ਨੂੰ ਟਿਕਟ ਦੇਣ ਦਿਆ ਗਾ ਨਾ ਹੀ ਉਹਨੂੰ ਕੋਈ ਵਜ਼ੀਰ ਬਣਾਇਆ ਅਤੇ ਜਿਹੜਾ ਜਰਨੈਲ ਸਿੰਘ ਸੀਗਾ ਉਹਨੂੰ ਜਲੀਲ ਕਰ ਰਿਹਾ ਸੀ ਅਤੇ ਉਹਨੂੰ ਜਿਹੜਾ ਆ ਉਹ ਬਾਹਰ ਦਾ ਰਸਤਾ ਦਿਖਾ ਦਿੱਤਾ ਇਹ ਸੈਂਟਰ ਦੇ ਵਿੱਚ ਇਹ ਸਾਰੀਆਂ B ਟੀਮਾਂ ਆ ਚਾਹੇ ਆਮ ਆ ਜਾਵੇ ਚਾਹੇ ਕਾਂਗਰਸ ਆ ਜਾਵੇ ਚਾਹੇ BJP ਆ ਜਾਵੇ ਜਿੰਨੇ ਵੀ ਇਹ ਰਲੇ ਹੋਏ ਨੇ ਸੋ ਇਸ ਕਰਕੇ ਅਸੀਂ ਅੱਜ ਜੋ 15 ਅਗਸਤ ਆ ਇਸ ਨੂੰ ਕਾਲੇ ਦਿਵਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਯੂਨਾਈਟਡ ਅਕਾਲੀ ਦਲ ਔਰ ਬਾਮ ਸੇਬ ਵੱਲੋਂ ਜਥੇਬੰਦੀਆਂ ਰਲ ਕੇ ਜਿਹੜਾ ਕਾਲਾ ਦਿਵਸ ਮਨਾ ਰਹੀਆਂ ਸਾਡੇ ਲਈ ਆਜ਼ਾਦੀ ਨਹੀਂ ਇਹ 47 ਤੋਂ ਲੈ ਕੇ ਸਾਡੇ ਲਈ ਬਰਬਾਦੀ ਦੇ ਦਿਨ ਸ਼ੁਰੂ ਹੋ ਗਏ ਜ਼ਿਮੀਂਦਾਰਾਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਰੋਜ਼ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਸਿਵਿਆਂ 'ਚ ਜਲਦੀਆਂ ਤੁਸੀਂ ਦੇਖ ਸਕਦੇ ਖੁਦਕੁਸ਼ੀਆਂ ਜੇ ਕੋਈ ਸ਼ਰਾਬ ਪੀ ਕੇ ਮਰ ਜਾਂਦਾ ਇਹਨਾਂ ਦੇ ਬੰਦੇ ਸ਼ਰਾਬ ਵੇਚਦੇ ਆ ਜੇ ਕੋਈ ਸ਼ਰਾਬ ਪੀ ਕੇ ਮਰ ਜਾਂਦਾ ਉਹਨਾਂ ਨੂੰ ਨੌਕਰੀਆਂ ਅਤੇ ਜਿਹੜੇ ਨੌਜਵਾਨ ਧੱਕੇ ਖਾਣ ਰਹੇ ਆ ਰੁਲ ਰਹੇ ਆ ਕੋਈ ਵਿਦੇਸ਼ਾਂ 'ਚ ਰੁਲ ਰਹੇ ਆ ਇੱਥੋਂ ਜ਼ਮੀਨਾਂ ਵੇਚ ਕੇ ਜਾ ਰਹੇ ਆ ਕੋਈ ਫਸੇ ਬੈਠੇ ਆ ਲੋਕਡਾਊਨ ਦਾ ਕਰਕੇ ਉਹਨਾਂ ਨੂੰ ਕੋਈ ਭੱਤਾ ਨਹੀਂ ਕੋਈ ਨੌਕਰੀ ਨਹੀਂ ਜਿਹੜਾ ਸ਼ਰਾਬ ਪੀ ਕੇ ਮਰ ਜਾਵੇ ਉਹਨੂੰ ਨੌਕਰੀਆਂ ਡਿਸਟਿਲਰੀਆਂ ਇਹਨਾਂ ਦੀਆਂ ਚੱਲਦੀਆਂ ਨਜਾਇਜ਼ ਕਿਸੇ 'ਤੇ ਕੋਈ ਕਾਰਵਾਈ ਨਹੀਂ ਸੋ ਇਸ ਕਰਕੇ ਸਿੱਖਾਂ ਨੂੰ ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ ਆਪਣਾ ਘਰ ਨਹੀਂ ਬਣ ਜਾਂਦਾ ਉਨਾ ਚਿਰ ਸਿੱਖ ਕੌਮ ਦੇ ਦੁੱਖਾਂ ਦਾ ਅੰਤ ਨਹੀਂ ਹੋਏਗਾ ਅਸੀਂ ਇਸ ਗੱਲ ਦੀ ਚੇਤਾਵਨੀ ਦਿੰਦੇ ਹਾਂ ਕਿ ਸਿੱਖ ਕਦੀ ਵੀ ਹਰਗਜ ਵੀ ਜਿਹੜੀ ਆ ਗੁਲਾਮੀ ਕਦੀ ਪ੍ਰਵਾਨ ਨਹੀਂ ਕਰਨਗੇ ਆਪਣਾ ਸੰਘਰਸ਼ ਜਾਰੀ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਜੀਤ ਸਿੰਘ ਖਾਲਿਸਤਾਨੀ ਪ੍ਰਧਾਨ ਹਲਕਾ ਫਲੌਰ ਅਤੇ ਜੇ ਸਿੱਖਾਂ ਨਾਲ ਧੱਕਾ ਹੋਇਆ ਅਤੇ 84 ਦੇ ਵਿੱਚ ਉਹ 47 ਦੇ ਵਿੱਚ ਹੋਇਆ ਜੇ 84 ਦੇ ਵਿੱਚ ਧੱਕਾ ਹੋਇਆ ਤਾਂ ਉਹ ਵੀ ਸਿੱਖਾਂ ਨਾਲ ਹੋਇਆ ਜੇ 1947 ਦੇ ਵਿੱਚ ਵੀ ਧੱਕਾ ਹੋਇਆ ਉਹ ਵੀ ਸਿੱਖਾਂ ਨਾਲ ਹੋਇਆ ਅਤੇ ਜੇ ਆਪਣੇ ਜੇਲ੍ਹਾਂ ਦੇ ਵਿੱਚ ਬੰਦ ਆ ਅਤੇ ਉਹ ਵੀ ਸਿੱਖੇ ਹੀ ਬੰਦ ਆ ਜੇ 35-35 ਸਾਲ ਤੋਂ ਉਹ ਜੇਲ੍ਹਾਂ ਦੇ ਵਿੱਚ ਬੰਦ ਆ ਜੇ ਹੋਇਆ ਤੇ ਸਿੱਖਾਂ ਨਾਲ ਇੱਕ ਪਾਸੇ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਆਜ਼ਾਦੀ ਦਾ ਪਰ ਤੁਸੀਂ ਉਲਟ ਜਾ ਰਹੇ ਹੋ ਉਹਦੇ ਕੀ ਕਾਰਨ ਨਹੀਂ ਜੀ ਜਸ਼ਨ ਦੇਖੋ ਸਿੱਖਾਂ ਨਾਲ ਧੱਕਾ ਹੁੰਦਾ ਜੇ ਦੋਹਰੇ ਕਾਨੂੰਨ ਬਣੇ ਆ
ਸਿੱਖਾਂ ਤੇ ਕਾਨੂੰਨ ਹੋਰ ਥਾਪੇ ਜਾਂਦੇ ਆ, ਹੋਰ ਕੌਮਾਂ ਤੇ ਕਾਨੂੰਨ ਹੋਰ ਥੋਪੇ ਜਾਂਦੇ ਆ। ਜੇ UAP ਦੀ ਪਿਛਲੇ ਦਿਨਾਂ 'ਚ ਇਹਨਾਂ ਨੇ ਦੁਰਵਰਤੋਂ ਕੀਤੀ ਆ, ਨੌਜਵਾਨਾਂ ਨੂੰ ਥਾਣਿਆਂ 'ਚ ਬੁਲਾ ਕੇ ਕੁਝ ਗ੍ਰਿਫਤਾਰੀਆਂ ਕੀਤੀਆਂ, ਕੁਛ ਇਹਨਾਂ ਨੇ ਥਾਣਿਆਂ 'ਚ ਬੁਲਾ ਕੇ ਟੋਰਚਰ ਕੀਤੇ। ਇੱਕ ਚੰਡੀਗੜ੍ਹ ਤੋਂ ਪਿਛਲੇ ਜੇ ਖਬਰ ਆਈ ਸੀਗੀ, ਉਹ ਚੰਡੀਗੜ੍ਹ ਤੋਂ ਮੁੰਡਾ ਟੋਰਚਰ ਇਹਨਾਂ ਨੇ ਇੰਨਾ ਕੁ ਕੀਤਾ, ਮੁੰਡਾ ਘਰ ਆਣ ਕੇ ਆਪਣੀ ਉਹਨੇ ਸੂਸਾਈਡ ਕਰ ਲਈ। ਜੇ ਹੋਰ ਜੇਲ੍ਹਾਂ 'ਚ ਬੈਠੇ ਆ ਉਹ ਵੀ ਆਪਣੇ ਸਿੱਖੇ ਹੀ ਬੈਠੇ ਆ, ਉਹਨਾਂ 'ਤੇ ਹਾਲੇ ਤਾਈਂ ਕੋਈ ਕਾਰਵਾਈ ਨਹੀਂ। ਜੇ ਵੈਦ ਵੀ ਹੁੰਦੀ ਆ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੁੰਦੀ ਆ, ਅਤੇ ਅੱਜ ਤਾਈਂ ਕੋਈ ਵੀ ਸੌਦੇ ਵਾਲੇ ਦੇ ਡੇਰੇ ਤਾਈਂ ਜਾਂਚ ਪਹੁੰਚ ਗਈ ਆ, ਹਾਲੇ ਤਾਈਂ ਉਹਨੂੰ ਬਾਹਰ ਬਰਾਂਡ 'ਤੇ ਨਹੀਂ ਲਿਆ ਰਹੇ। ਇਸ ਕਰਕੇ ਅਸੀਂ ਇਹ ਜਿਹੜਾ ਕਾਲਾ ਦਿਨ ਅੱਜ ਇਸ ਕਰਕੇ ਮਨਾ ਰਹੇ ਹਾਂ ਬਈ ਜਿਹੜਾ ਗੁਰੂ ਗ੍ਰੰਥ ਸਾਡੇ ਤਿੰਨ ਆ ਮੁੱਦੇ, ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਦੂਸਰਾ ਮੁੱਦਾ ਸਾਡਾ ਬਈ ਜਿਹੜੇ ਜੇਲ੍ਹਾਂ ਵਿੱਚ ਬੰਦੀ ਸਿੰਘ ਆ ਉਹਨਾਂ ਨੂੰ ਰਿਹਾਅ ਕੀਤਾ ਜਾਵੇ, ਤੀਸਰਾ ਮੁੱਦਾ ਜਿਹੜੀ UP ਦੀ ਹੋ ਰਹੀ ਆ ਦੁਰਵਰਤੋਂ ਇਹ ਬੰਦ ਕੀਤੀ ਜਾਵੇ, ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਥਾਣਿਆਂ ਦੇ ਰਿਹਾਅ ਕੀਤਾ ਜਾਵੇ, ਅਤੇ ਇਹ ਜੂਵਰਤਾ ਇਹਦੀ ਬੰਦ ਕੀਤੀ ਜਾਵੇ। ਇਹ ਇੰਨਾ ਕਹਿਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰਾ ਦੇਸ਼ ਜਿਹੜਾ ਉਹ ਆਜ਼ਾਦੀ ਦਾ ਜਸ਼ਨ ਮਨਾ ਰਿਹਾ, ਪਰ ਸਿੱਖ ਕੌਮ ਮੁਸਲਮਾਨ ਭਾਈਚਾਰਾ ਘੱਟ ਗਿਣਤੀਆਂ ਜਿੰਨੀਆਂ ਵੀ ਇੱਥੇ ਭਾਰਤ ਦੇ ਵਿੱਚ ਰਹਿੰਦੀਆਂ ਦਲਿਤ ਵਰਗ, ਉਹ ਅੱਜ ਅਸੀਂ ਧੁੱਪ ਦੇ ਵਿੱਚ ਕਾਲਾ ਦਿਵਸ ਜਿਹੜਾ ਆਜ਼ਾਦੀ ਦਾ ਕਾਲਾ ਦਿਵਸ ਮਨਾ ਰਿਹਾ, ਕਾਲੀ ਆਜ਼ਾਦੀ। ਅਸੀਂ ਇਹ ਕੌਮਾਂ ਆਜ਼ਾਦ ਨਹੀਂ ਹਨ, ਇਹ ਗੁਲਾਮ ਹਨ। ਅਤੇ ਇਸ ਕਰਕੇ ਗੁਲਾਮ ਕਿਉਂ ਹਨ? ਕਿਉਂਕਿ ਜਦੋਂ ਇਹ ਦੇਸ਼ ਆਜ਼ਾਦ ਹੋਇਆ ਅਤੇ ਉਸ ਤੋਂ ਬਾਅਦ ਹੀ ਇਹਨਾਂ ਨੇ ਕਹਿ ਦਿੱਤਾ ਹਿੰਦੂ ਲੀਡਰਾਂ ਨੇ ਕਿ ਸਿੱਖ ਕੌਮ ਦੇ ਜਰਾਇਮ ਪੇਸ਼ਾ ਕੌਮ ਹੈ, ਪਹਿਲੀ ਗੱਲ। ਦੂਜੀ ਗੱਲ, ਸਾਰੀਆਂ ਸਟੇਟਾਂ ਨੂੰ ਭਾਸ਼ਾ ਦੇ ਆਧਾਰ 'ਤੇ ਉੱਤੇ ਉਹ ਮਾਨਤਾ ਮਿਲੀ ਗਈ। ਜੇ ਤੇਲਗੂ ਦੇਸ਼ ਕੋਈ ਭਾਸ਼ਾ ਤੇਲਗੂ ਬੋਲਦਾ ਤੇਲਗੂ ਭਾਸ਼ਾ ਨੂੰ ਮਾਨਤਾ ਮਿਲੀ ਗਈ, ਜੇ ਹਿੰਦੀ ਬੋਲਦਾ ਹਿੰਦੀ ਨੂੰ ਮਾਨਤਾ ਮਿਲ ਗਈ, ਜੇ ਕੋਈ ਹੋਰ ਬੋਲਦਾ ਬੰਗਾਲੀ ਬੋਲਦਾ ਬੰਗਾਲੀ, ਜੇ ਜਿਹੜੀ ਕੋਈ ਭਾਸ਼ਾ ਬੋਲਦਾ ਉਹਨੂੰ ਮਾਨਤਾ ਸਟੇਟਾਂ ਨੂੰ ਮਿਲੀ, ਪਰ ਪੰਜਾਬ ਨੂੰ ਇਹਨਾਂ ਨੇ ਪੰਜਾਬੀ ਨੂੰ ਮਾਨਤਾ ਨਹੀਂ ਦਿੱਤੀ। ਉਸ ਦੇ ਵਿੱਚ ਪੰਜਾਬੀ ਸੂਬਾ ਹੋਂਦ ਵਿੱਚ ਆਇਆ, ਪੰਜਾਬੀ ਸੂਬੇ ਦਾ ਮੋਰਚਾ ਲੱਗਾ, ਹਜ਼ਾਰਾਂ ਲੱਖਾਂ ਦੇ ਕਰੀਬ ਕੁਰਬਾਨੀਆਂ ਹੋਈਆਂ ਅਤੇ ਉਹ ਪੰਜਾਬੀ ਸੂਬਾ ਇੰਨਾ ਛੋਟਾ ਜਿਹਾ ਪੰਜਾਬੀ ਸੂਬਾ ਬਣਾ ਦਿੱਤਾ, ਹਰਿਆਣਾ ਵਿੱਚੋਂ ਕੱਢ ਦਿੱਤਾ, ਹਿਮਾਚਲ ਵਿੱਚੋਂ ਕੱਢ ਦਿੱਤਾ ਅਤੇ ਨਿੱਕੀ ਜਿਹੀ ਸਟੇਟ ਬਣਾ ਦਿੱਤੀ ਪੰਜਾਬੀ। ਤੋ ਸਾਡੇ ਨਾਲ ਜਦੋਂ ਤੋਂ ਇਹ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਧੱਕਾ ਹੋ ਰਿਹਾ। ਆਜ਼ਾਦੀ ਕੀ ਆ? ਵਟ ਇਜ਼ ਆਜ਼ਾਦੀ? ਆਜ਼ਾਦੀ ਇਹ ਹੈ ਜੇ ਸਾਡੇ ਨਾਲ ਕੋਈ ਇਨਜਸਟਿਸ ਹੁੰਦੀ ਹੈ, ਧੱਕਾ ਹੁੰਦਾ ਅਤੇ ਸਾਨੂੰ ਇਨਜਸਟਿਸ ਮਿਲੇ, ਇਨਸਾਫ ਮਿਲੇ। ਪਰ ਸਿੱਖਾਂ ਨੂੰ ਇਨਸਾਫ 1983 ਦੇ ਵਿੱਚ ਅਟੈਕ ਹੋਇਆ, ਹਜ਼ਾਰਾਂ ਦੇ ਹਿਸਾਬ ਨਾਲ ਸਾਡੇ ਨੌਜਵਾਨ ਬੀਬੀਆਂ ਸਿੰਘ ਸ਼ਹੀਦ ਹੋਏ, ਪਰ ਅੱਜ ਤੱਕ ਕਿਸੇ ਨੇ ਇਨਕੁਆਇਰੀ ਨਹੀਂ ਕਰਾਈ। ਸਾਧ ਸੰਗਤ ਜੀ, ਕਿਸੇ ਨੇ ਵੀ ਇਨਕੁਆਇਰੀ ਨਹੀਂ ਕਰਾਈ। ਇਹ ਪੰਥਕ ਸਰਕਾਰ ਜਿਹੜੀ ਆਪਣੇ ਆਪ ਨੂੰ ਪੰਥਕ ਸਮਝਦੀ ਆ, ਬਾਦਲ ਦਲ ਦੀ, ਇਹ ਵੀ 10 ਸਾਲ ਇਹਨਾਂ ਨੇ ਰਾਜ ਕੀਤਾ, ਪਰ ਕਿਸੇ ਨੇ ਵੀ ਕੋਈ ਇਨਕੁਆਇਰੀ ਅਫਸਰ ਨਹੀਂ ਬਿਠਾਇਆ, ਕੋਈ ਇਨਕੁਆਇਰੀ ਨਹੀਂ ਕੀਤੀ ਅਤੇ ਇਹ ਇਹਦੇ ਪਿੱਛੇ ਕਿਹੜੀ ਸਾਜ਼ਿਸ਼ ਸੀ, ਕੌਣ ਸੀ? 1984 ਦੇ ਵਿੱਚ ਦਿੱਲੀ, ਕਾਨਪੁਰ, ਹੋਰ ਕਈਆਂ ਸਟੇਟਾਂ ਦੇ ਵਿੱਚ ਦੰਗੇ ਕਤਲੇਗਰਤ ਹੋਇਆ, ਦੰਗੇ ਨਹੀਂ ਹੋਏ, ਇਹ ਦੰਗੇ ਹੁੰਦੇ ਆ ਜਿਹੜਾ ਆਹਮਣੇ ਸਾਹਮਣੇ ਹੋਵੇ, ਬਰਾਬਰ ਦੇ ਹੋਣ। ਇਹ ਕਤਲੇਆਮ ਸੀ, ਇਹ ਕਤਲੇਆਮ ਹੋਇਆ ਔਰ ਟਾਇਰ ਗਲਾਂ ਵਿੱਚ ਪਾ ਕੇ ਸਾਹਮਣੇ ਸਾਨੂੰ ਫੂਕਿਆ ਗਿਆ ਅਤੇ ਉਹ ਨੱਚਦੇ ਸੀਗੇ, ਫੁੱਕਣ ਵਾਲੇ ਨੱਚਦੇ ਸੀ, ਧੀਆਂ ਭੈਣਾਂ ਦੀ ਇੱਜ਼ਤ ਰੋਲੀ ਗਈ ਬਾਜ਼ਾਰਾਂ ਦੇ ਵਿੱਚ ਸ਼ਰੇਆਮ, ਪਰ ਅੱਜ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਇਹ ਹੈ ਗੁਲਾਮੀ, ਇਹਨੂੰ ਗੁਲਾਮੀ ਕਹਿੰਦੇ ਆ। ਇਸ ਕਰਕੇ ਅਸੀਂ ਗੁਲਾਮ ਹੈ, ਇਹ ਸਾਰੀ ਕੌਮ ਗੁਲਾਮ ਹੈ, ਇਸ ਕਰਕੇ ਅਸੀਂ ਆਜ਼ਾਦੀ ਚਾਹੁੰਦੇ ਹਾਂ। ਆਜ਼ਾਦੀ ਜਿਹੜੀ ਹੈ ਸਾਡਾ ਜਨਮ ਸਿੱਧ ਅਧਿਕਾਰ ਹੈ ਅਤੇ ਅਸੀਂ ਉਹ ਆਜ਼ਾਦੀ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ, ਦਾਸ ਮਨਜੀਤ ਸਿੰਘ ਰੇਰੂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਲੰਧਰ ਤੋਂ ਇਹ ਬੇਨਤੀ ਕਰਦਾ ਹੈ, ਆਓ ਸਿੱਖਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ, ਆਓ ਭਾਈ ਆਪਾਂ ਗੁਲਾਮੀ ਦਾ ਜਿਹੜਾ ਖਤਮ ਕਰੀਏ, ਗੁਲਾਮੀ ਨੂੰ ਖਤਮ ਕਰਕੇ ਆਪਣੀ ਆਜ਼ਾਦੀ ਵੱਲ ਵਧੀਏ, ਤਾਂ ਆਜ਼ਾਦੀ ਲੈ ਕੇ ਸਿੱਖ ਕੌਮ ਨੂੰ
ਗੁਲਾਮੀ ਤੋਂ ਛੁਟਕਾਰਾ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।